ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਚਾਹੀਏ ਆ ਇੰਟਲ ਫਾਲਸਮ ਦਾ ਜਿਹੜਾ ਕੈਂਪਸ ਆ ਕਾਫੀ ਜਿਹੜੀ ਉਹ ਤਾਂ ਮਸ਼ਹੂਰ ਆ ਇੰਟਲ ਦੇ ਲਈ ਹੁਣ ਉਹਨਾਂ ਨੇ ਜਾਣਕਾਰੀ ਦਿੱਤੀ ਆ ਵੀ 343 ਲੇਆਫਸ ਜਿਹੜੀਆਂ ਫਾਲਸ ਦੇ ਕੈਂਪਸ ਚੋਂ ਹੋਣ ਜਾ ਰਹੀਆਂ ਆ ਇੰਟਲ ਨੇ ਕਿਹਾ ਵੀ ਕਾਫੀ ਮੁਸ਼ਕਲ ਡਿਸੀਜਨ ਇਸ ਟਾਈਮ ਉਹ ਲੈਣ ਜਾ ਰਹੇ ਆ ਤੇ ਜਿਹੜੇ EMPLOYEES ਜਿਨ੍ਹਾਂ ਨੂੰ ਲੇਆਫ ਉਹਨਾਂ ਨੇ ਕਰਨਾ ਆ ਬੜੀ ਡਿਗਨਿਟੀ ਤੇ ਰਿਸਪੈਕਟ ਦੇ ਨਾਲ ਉਹ ਉਹਨਾਂ ਨੂੰ ਜਿਹੜਾ ਟ੍ਰੀਟ ਕੀਤਾ ਜਾਊਗਾ ਇੰਟਲ ਨੇ ਆਲਰੇਡੀ ਜਿਹੜੇ ਆ ਕਈ ਹਜ਼ਾਰ ਹੋਰ ਟੋਟਲ EMPLOYEES ਆ ਉਹਨਾਂ ਨੂੰ ਲੇਆਫ ਕਰਨ ਬਾਰੇ ਜਾਣਕਾਰੀ ਦਿੱਤੀ ਆ ਵਾਰਨ ਐਕਟ ਦੇ ਤਹਿਤ ਰਿਕੁਆਇਰ ਹੁੰਦਾ ਆ EMPLOYEES ਨੂੰ 60 ਦਿਨਾਂ ਦਾ ਜਿਹੜਾ ਉਹ ਨੋਟਿਸ ਦੇਣਾ ਤੇ EDD ਨੂੰ ਜਿਹੜੇ ਵਾਰਨ ਐਕਟ ਆ ਇਹ ਕੱਲ ਦਿੱਤੇ ਗਏ ਆ ਸੋ 373 ਲੇਆਫਸ ਜਿਹੜੀਆਂ ਅਰਜੋਤ ਸਿੰਘ ਜੀ ਇੱਥੇ ਕੈਂਪਸ ਦੇ ਵਿੱਚ ਫਾਲਸਮ ਦੇ ਹੋਣ ਜਾ ਰਹੀਆਂ ਇੰਟਲ ਦੇ ਜੀ ਸੋ ਫਾਲਸਮ ਸੈਕਰਾਮੈਂਟੋ ਏਰੀਆ ਦੀ ਗੱਲਬਾਤ ਕਰਦੇ ਸੀ ਤੇ ਜੇ ਸੈਕਰਾਮੈਂਟੋ ਦੀ ਗੱਲ ਕਰਦੇ ਜਾਈਏ ਅ ਅੱਜ ਟੈਂਪਰੇਚਰ ਬਹੁਤ ਜ਼ਿਆਦਾ ਲੋ ਸੈਕਰਾਮੈਂਟੋ ਚ ਰਿਹਾ ਸੋ ਅ ਜੋ ਬਾਇਓਲੋਜਿਸਟਸ ਹੈਗੇ ਆ ਉਹ ਇਹ ਕਹਿ ਰਹੇ ਆ ਕਿ ਜੇ ਤੁਸੀਂ ਕੋਈ ਪਲਾਂਟ ਗਰੋ ਕਰ ਰਹੇ ਹੈਗੇ ਆ ਜਾਂ ਜਿਹੜੇ ਤੁਹਾਡੇ ਪਾਣੀ ਦੀਆਂ ਪਾਈਪਸ ਹੈਗੀਆਂ ਆ ਉਹ ਬਰਸਟ ਵੀ ਹੋ ਸਕਦੀਆਂ ਹੈਗੀਆਂ ਪਲਾਂਟ ਤੁਹਾਡੇ ਠੰਡ ਦੇ ਵਿੱਚ ਮਰ ਸਕਦੇ ਆ ਸੋ ਇਸ ਕਰਕੇ ਫ੍ਰੀਜ਼ਿੰਗ ਵਾਰਨਿੰਗ ਈਸ਼ੂ ਕੀਤੀ ਹੋਈ ਹੈ ਨੈਸ਼ਨਲ ਵੈਦਰ ਸਰਵਿਸ ਵੱਲੋਂ ਸੈਕਰਾਮੈਂਟ ਹੋਈ ਜੀ ਹਾਲਾਂਕਿ ਬੇਰੀਏ ਦੇ ਵਿੱਚ ਵੀ ਅੱਜ ਬਹੁਤ ਜ਼ਿਆਦਾ ਠੰਡ ਸੀਗੀ ਸੋ ਪਾਈਪਸ ਨੂੰ ਫ੍ਰੀਜ਼ਿੰਗ ਤੋਂ ਬਚਣ ਦੇ ਲਈ ਕਹਿੰਦੇ ਥੋੜਾ ਥੋੜਾ ਪਾਣੀ ਛੱਡ ਦੇਣਾ ਚਾਹੀਦਾ ਥੋੜਾ ਥੋੜਾ ਟਿਕ ਟਿਕ ਚੱਲਦਾ ਰਹੇ ਤੇ ਪਾਈਪ ਕਿਸੇ ਤਰ੍ਹਾਂ ਬਰਸਟ ਨਹੀਂ ਹੋਊਗੀਆਂ ਤੇ 에ਅਰ ਸਰਕੂਲੇਸ਼ਨ ਕੈਬਿਨੇਟ 도ਰਜ਼ ਐ ਓਪਨ ਕਰਕੇ ਰੱਖੋ ਪਲੰਮਿੰਗ ਦਾ ਵੀ ਇਸ਼ੂ ਹੈਗਾ ਤੇ ਇਸੇ ਤਰ੍ਹਾਂ ਪਲਾਂਟਸ ਜੋ ਆ ਉਹਨਾਂ ਨੂੰ ਕਵਰ ਕਰਕੇ ਰੱਖੋ ਪਲਾਸਟਿਕ ਦੇ ਨਾਲ ਤਾਂ ਕਿ ਇੰਨੀ ਠੰਡ ਦੇ ਨਾਲ ਉਹ ਪਲਾਂਟਸ ਮਰ ਨਾ ਜਾਣ ਆਪਾਂ ਬਹੁਤ ਸਾਰੀਆਂ ਨੇ ਸਬਜ਼ੀ ਜਾਂ ਹੋਰ ਫਰੂਟ ਦੇ ਟ੍ਰੀ ਲਾਏ ਹੁੰਦੇ ਆ ਸੋ ਉਹਨਾਂ ਨੂੰ ਸੇਵ ਕਰਨ ਦੀ ਬਹੁਤ ਜ਼ਰੂਰਤ ਆ ਲਾਸ ਏਂਜਲਸ ਏਰੀਆ ਦੇ ਵਿੱਚ ਸ੍ਰੋਤਿਆਂ ਨੂੰ ਯਾਦ ਹੋਊਗਾ ਕੁਝ ਦਿਨ ਪਹਿਲਾਂ ਆਪਾਂ ਖਬਰ ਸਾਂਝੀ ਕੀਤੀ ਸੀ ਭਾਰਤੀ ਮੂਲ ਦਾ ਡਾਕਟਰ ਪਟੇਲ ਜੋ ਕਿ ਟੈਸਲਾ ਕਾਰ ਦੇ ਵਿੱਚ ਆਪਣੀ ਵਾਈਫ ਤੇ ਦੋ ਬੱਚਿਆਂ ਨੂੰ ਹਾਈਵੇ ਵਾਂਦੇ ਉੱਤੇ ਲੈ ਕੇ ਆ ਰਿਹਾ ਸੀ ਤੇ ਉਸ ਨੇ ਨੋਇੰਗਲੀ ਇੱਕ ਕਲਿਫ ਜਿਹੜੀ ਆ ਪਹਾੜੀ ਦੀ ਚੋਟੀ ਆ ਉੱਥੋਂ ਕਾਰ ਸਿੱਟ ਦਿੱਤੀ ਤੇ 250 ਫੁੱਟ ਥੱਲੇ 200 ਫੁੱਟ ਡੂੰਗੀ ਗਈ ਸੀ ਲੱਕਲੀ ਉਹ ਸਰਵਾਈਵ ਕਰ ਗਿਆ ਡਾਕਟਰ ਤਰਮੇਸ਼ ਪਟੇਲ ਨੂੰ ਅੱਜ ਚਾਰਜ ਕੀਤਾ ਗਿਆ ਹੈ ਕਿ ਉਸ ਨੇ ਆਪਣੀ ਵਾਈਫ ਤੇ ਬੱਚਿਆਂ ਨੂੰ ਮਾਰਨ ਦੇ ਲਈ ਜਿਹੜੀ ਆ ਕੋਸ਼ਿਸ਼ ਕੀਤੀ ਆ ਉਹਨਾਂ ਨੂੰ ਮਰਡਰ ਕਰਨ ਦੀ ਕੋਸ਼ਿਸ਼ ਕੀਤੀ ਹੈਗੀ ਆ ਨੀਹਾ ਪਟੇਲ ਜੋ ਡਾਕਟਰ ਪਟੇਲ ਦੀ ਵਾਈਫ ਆ ਉਸਨੇ ਪਹਿਲੀ ਸੱਟੇ ਜਿਹੜੀ ਆ ਸਟੇਟਮੈਂਟ ਇਹ ਦੇ ਦਿੱਤੀ ਸੀ ਪੈਰਾਮੈਡੀਕਸ ਤੇ ਪੁਲਿਸ ਨੂੰ ਪਈ ਮੇਰੇ ਹਸਬੰਡ ਨੇ ਨੋਇੰਗਲੀ ਕਾਰ ਸਿੱਟੀ ਹੈਗੀ ਆ ਹਾਲਾਂਕਿ ਇਹ ਸਟੋਰੀ ਜਦੋਂ ਇਹ ਕ੍ਰੈਸ਼ ਹੋਇਆ ਸੀ ਬਹੁਤ ਹੀ ਪੋਜ਼ਿਟਿਵ ਪੁਲਿਸ ਵਾਲਿਆਂ ਦਾ ਐਮਰਜੈਂਸੀ ਰਿਸਪੌਂਸ ਵਾਲਿਆਂ ਦਾ ਉਹ ਧੰਨਵਾਦ ਕੀਤਾ ਜਾ ਰਿਹਾ ਸੀ ਹੈਲੀਕਾਪਟਰ ਦੇ ਨਾਲ ਕਿਸ ਤਰ੍ਹਾਂ ਇਹਨਾਂ ਨੂੰ ਸਰਵਾਈਵ ਕਿਸ ਤਰ੍ਹਾਂ ਬਾਹਰ ਕੱਢ ਕੇ ਲੈ ਕੇ ਆਏ ਕਿਸ ਤਰ੍ਹਾਂ ਉਹ ਸਰਵਾਈਵ ਹੋ ਗਏ ਪਰ ਇਮੀਡੀਏਟਲੀ ਜਦੋਂ ਸਟੋਰੀ ਬਾਹਰ ਆਈ ਉਹ ਤੋਂ ਪਤਾ ਲੱਗ ਗਿਆ ਵੀ ਇਹ ਡਾਕਟਰ ਪਟੇਲ ਨੇ ਖੁਦ ਹੀ ਕਾਰ 250 ਫੁੱਟ ਤੋਂ ਲੈ ਕੇ 300 ਫੁੱਟ ਡੂੰਘੀ ਡਿਚ ਦੇ ਵਿੱਚ ਸਿੱਟ ਦਿੱਤੀ ਸੀ ਤੇ ਲੱਕਲੀ ਚਾਰੇ ਜਾਣੇ ਸਰਵਾਈਵ ਕਰ ਗਏ ਡਾਕਟਰ ਵੀ ਕਰ ਗਿਆ ਉਹਦੀ ਵਾਈਫ ਵੀ ਤੇ ਉਹਦੇ ਦੋਨੋਂ ਬੱਚੇ ਵੀ ਇੱਕ 7 ਸਾਲ ਦਾ ਤੇ ਇੱਕ 4 ਸਾਲ ਦਾ ਜੋ ਪ੍ਰੋਵੀਡੈਂਸ ਪ੍ਰੋਵੀਡੈਂਸ ਹੋਲੀ ਕ੍ਰਾਸ ਮੈਡੀਕਲ ਸੈਂਟਰ ਹੈਗਾ ਮਿਸ਼ਨ ਹिल्स ਦੇ ਵਿੱਚ ਜਿੱਥੇ ਡਾਕਟਰ ਐਜ਼ ਅ ਰੇਡੀਓਲੋਜੀਸਟ ਕੰਮ ਕਰਦਾ ਬੜੇ ਲੋਕ ਹੈਰਾਨ ਆ ਉਹਦੀ ਨੇਬਰਹੂਡ ਚ ਵੀ ਵੀ ਇਦਾਂ ਸੋਚਿਆ ਨਹੀਂ ਸੀ ਵੀ ਇਹ ਬੰਦਾ ਇਹ ਕੰਮ ਕਰ ਸਕਦਾ ਹੈ ਸੋ ਹੁਣ ਇਹਨੂੰ ਜੇਲ ਦੇ ਵਿੱਚ ਜਿਹੜਾ ਹਰਜਸਟਿੰਗ ਦੀ ਭੇਜ ਦਿੱਤਾ ਆ ਗਿਆ ਹੈਗਾ ਸੋ ਪੈਸੇ ਡਿਨਰ ਦਾ ਜਿਹੜਾ ਹੈ ਰਹਿਣ ਵਾਲਾ ਉਦੋਂ ਹਸਪਤਾਲ ਦੇ ਵਿੱਚ ਇਹਨੂੰ ਲੈ ਕੇ ਗਏ ਸੀ ਤੇ ਬਾਅਦ ਦੇ ਵਿੱਚ ਸੀਐਚਪੀ ਨੇ ਜਿਹੜਾ ਉਹ ਗ੍ਰਿਫਤਾਰ ਇਸ ਨੂੰ Unless he intentional act of the